ਕਾ ਨਵਾਂ ਟ੍ਰੈਂਡ ਚੱਲ ਪਿਆ ਕਿ ਫਿਲਮਾਂ ਨੂੰ ਪ੍ਰੋਮੋਸ਼ਨ ਕਰਨ ਵਾਸਤੇ ਇੱਕ ਵਿਵਾਦ ਪੈਦਾ ਕੀਤਾ ਜਾਵੇ ਸਾਨੂੰ ਇਸ ਗੱਲ ਨਾਲ ਕੋਈ ਸਬੰਧ ਨਹੀਂ ਕਿ ਫਿਲਮਾਂ ਨੂੰ ਕਿਵੇਂ ਪ੍ਰੋਮੋਟ ਕਰਨਾ ਨਹੀਂ ਕਰਨਾ ਚਲਾਉਣੀ ਨਹੀਂ ਚਲਾਉਣੀ ਲੋਕਾਂ ਨੂੰ ਕਿਵੇਂ ਜਾਣੀਆ ਪਰ ਅਸੀਂ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰਦੇ ਕਿ ਕਿਸੇ ਵੀ ਧਾਰਮਿਕ ਭਾਵਨਾ ਦੇ ਨਾਲ ਖਿਲਵਾੜ ਕਰਕੇ ਫਿਲਮ ਦਾ ਪ੍ਰੋਮੋਸ਼ਨ ਕੀਤਾ ਜਾਵੇ ਯਾਰੀਆਂ 2 ਵਿੱਚ ਸਿੱਖ ਵਿਰੋਧੀ ਦ੍ਰਿਸ਼ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ ਸ਼੍ਰੋਮਣੀ ਕਮੇਟੀ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਸਿੱਖ ਭਾਵਨਾਵਾਂ ਨੂੰ ਛੱਟ ਮਾਰਨ ਵਾਲੀ ਫਿਲਮ ਜਾਰੀ ਨਹੀਂ ਹੋਣ ਦਿੱਤੀ ਜਾਵੇਗੀ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਦੇਖੋ ਜੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕ ਨਵਾਂ ਟ੍ਰੈਂਡ ਚੱਲ ਪਿਆ ਕਿ ਫਿਲਮਾਂ ਨੂੰ ਪ੍ਰੋਮੋਸ਼ਨ ਕਰਨ ਵਾਸਤੇ ਇੱਕ ਵਿਵਾਦ ਪੈਦਾ ਕੀਤਾ ਜਾਵੇ। ਸਾਨੂੰ ਇਸ ਗੱਲ ਨਾਲ ਕੋਈ ਸਬੰਧ ਨਹੀਂ ਕਿ ਫਿਲਮਾਂ ਨੂੰ ਕਿਵੇਂ ਪ੍ਰਮੋਟ ਕਰਨਾ ਨਹੀਂ ਕਰਨਾ ਚਲਾਉਣੀ ਨਹੀਂ ਚਲਉਣੀ ਲੋਕਾਂ ਨੂੰ ਕਿਵੇਂ ਜਾਣੀਆ ਪਰ ਅਸੀਂ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰਦੇ ਕਿ ਕਿਸੇ ਵੀ ਧਾਰਮਿਕ ਭਾਵਨਾ ਦੇ ਨਾਲ ਖਿਲਵਾੜ ਕਰਕੇ ਫਿਲਮ ਦਾ ਪ੍ਰੋਮੋਸ਼ਨ ਕੀਤਾ ਜਾਵੇ ਮੈਂ ਅੱਜ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਸ਼ੋਮੀ ਗੁਰਦੁਆਰਾਪਨ ਦਾ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਤਾਮੀ ਸਾਹਿਬ ਨੇ ਜਿਹੜਾ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦਾ ਐਲਾਨ ਕੀਤਾ ਹੋਇਆ ਉਸ ਦੇ ਉਹਨਾਂ ਦੇ ਖਿਲਾਫ ਅਸੀਂ ਡਟਵੀਂ ਕਾਰਵਾਈ ਕਰ ਰਹੇ ਹਾਂ ਅੱਜ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਕੋਈ ਵੀ ਧਰਮ ਦੇ ਬਾਰੇ ਦੇ ਵਿੱਚ ਮਜ਼ਾਕ ਕਰਕੇ ਉਹਨਾਂ ਦਾ ਖਿਲਵਾੜ ਕਰਕੇ ਤੇ ਫਿਲਮ ਦੀ ਪ੍ਰਮੋਸ਼ਨ ਕਰਨਾ ਇਹ ਦੇਸ਼ ਵਾਸਤੇ ਬੜੀ ਵੱਡੀ ਚੁਣੌਤੀ ਆ ਭਾਵੇਂ ਕਿ ਇਹ ਲੋਕ ਜਿਹੜੇ ਆ ਜਿਨ੍ਹਾਂ ਦਾ ਜਿਨ੍ਹਾਂ ਨੇ ਫਿਲਮ ਬਣਾਈ ਆ ਉਹਨਾਂ ਦੇ ਉਹਨਾਂ ਦਾ ਤਾਂ ਮਸਲਾ ਹੈ ਹੀ ਆ ਟੀ ਸੀਰੀਜ਼ ਆ ਜਾਂ ਕੋਈ ਹੋਰ ਆ ਉਹਨਾਂ ਨੂੰ ਅਸੀਂ ਨੋਟਿਸ ਦੇ ਉਹਨਾਂ ਨੂੰ ਦੇ ਦੇ ਹੀ ਚੁੱਕੇ ਆ ਪਰ ਅਸੀਂ ਇਹਦੇ ਵਿੱਚ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦੇ ਆ ਕਿ ਜਿੱਥੇ ਇਹ ਦੋਸ਼ੀ ਨੇ ਉੱਥੇ ਸਰਕਾਰਾਂ ਦਾ ਵੱਡਾ ਦੋਸ਼ ਆ ਇਸ ਗੱਲ 'ਚ ਬੜੀ ਦੇਰ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਿਹੜੀ ਆ ਉਹ ਇਸ ਗੱਲ ਲਈ ਚੇਤਨਨ ਵੀ ਕਰਾ ਰਹੀ ਆ ਕਿ ਜਿਹੜਾ ਸੈਂਸਰ ਬੋਰਡ ਆ ਉਹ ਸੈਂਸਰ ਬੋਰਡ ਦੇ ਵਿੱਚ ਇੱਕ ਸਿੱਖ ਨਮਾਇਦਾ ਹੋਣਾ ਚਾਹੀਦਾ ਫਿਰ ਕਹਿੰਦੇ ਆ ਕਿ ਇਕੱਲਾ ਸਿੱਖ ਨਮਾਇਦਾ ਨਹੀਂ ਹੋਣਾ ਚਾਹੀਦਾ ਐ ਤੇ Hindu ਧਰਮ ਦਾ ਵੀ ਹੋਣਾ ਚਾਹੀਦਾ ਤੇ ਜਿੰਨੇ ਧਰਮ ਨੇ ਬੜੇ ਸਤਿਕਾਰਯੋਗ ਧਰਮ ਨੇ ਉਹਨਾਂ ਦੇ ਨਮਾਇਦੇਕ ਹੋਣੇ ਚਾਹੀਦੇ ਆ ਉਹਨਾਂ ਦੀ ਸਕ੍ਰੀਨਿੰਗ ਤੋਂ ਬਗੈਰ ਇਹ ਗੱਲ ਨਹੀਂ ਹੋਣੀ ਚਾਹੀਦੀ ਪਿਛਲੇ ਦਿਨਾਂ 'ਚ ਕਿਸੇ ਕਦੇ ਦੇਖਦੇ ਆਂ RAM ji ਬਾਰੇ ਕਿਤੇ ਗੱਲ ਕਰਦੇ ਆ ਕਦੇ ਕਿਸੇ ਧਰਮ ਬਾਰੇ ਖਿਲਵਾੜ ਦੀ ਗੱਲ ਕਰਦੇ ਆ ਇਹ ਗੱਲਾਂ ਦੇਸ਼ ਦੇ ਲੋਕ ਕਿਵੇਂ ਬਰ ਇਥੇ ਸੱਤਾ ਦੇ ਬੈਠੇ ਲੋਕ ਜਿਹੜੇ ਆ ਕੀ ਉਹ ਇਹ ਇਸ ਨੂੰ ਸੰਸਕ੍ਰਿਤੀ ਮੰਨ ਰਹੇ ਆ ਕਿੰਨੀ ਵਾਰ ਅਸੀਂ ਗੱਲ ਕਰ ਰਹੇ ਆ ਦੇਖੋ ਛਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2016 ਦੇ ਵਿੱਚ ਇਸ ਤੋਂ ਪਹਿਲਾਂ ਵੀ ਜਿਹੜੇ ਆ ਕਈ ਮਤੇ ਜਿਹੜੇ ਆ ਉਹ ਸਰਕਾਰ ਨੂੰ ਭੇਜੇ ਗਏ ਆ ਕਿ ਸੈਂਸਰ ਬੋਰਡ ਦੇ ਵਿੱਚ ਜਿਹੜੇ ਆ ਉਹ ਬੰਦੇ ਜਿਹੜੇ ਬਿਠਾਏ ਜਾਣ ਤਾਂ ਕਿ ਉਹ ਸਿੱਖੀ ਬਾਰੇ ਕਿਸੇ ਤਰ੍ਹਾਂ ਦੀ ਕੋਈ ਗੱਲ ਹੋਵੇ ਉਹਦੇ ਤੇ ਉਹ ਇਤਰਾਜ਼ ਕਰ ਸਕਣ ਹੁਣ ਜਿਹੜਾ ਇਹ ਸੀਨ ਹੈ ਇਹ ਜਾਰੀਆਂ ਦਾ ਜਿਹੜਾ ਸੀਨ ਹੈ ਇਹਦੇ ਵਿੱਚ ਸ਼ਰਿਆਮ ਹੀ ਦਿਖਾਇਆ ਜਾ ਰਿਹਾ ਕਿ ਇੱਕ ਜਿਹੜਾ ਉਹ ਹੀਰੋ ਆ ਉਹ ਹੀਰੋ ਦੇ ਕਿ ਨਾ ਗੱਲ ਦੇ ਵਿੱਚ ਗਾਤਰੇ ਦੀ ਕਿਰਪਾਨ ਪਾਈ ਗਿਆ ਕਿਵੇਂ ਬਰਦਾਸ਼ਤ ਕੀਤੀ ਜਾ ਸਕਦੀ ਹੈ ਇਹ ਮਜ਼ਾਕ ਹੈ ਇਹ ਇਹ ਇਸ ਨੂੰ ਕਿਸੇ ਵੀ ਤਰ੍ਹਾਂ ਸਿੱਖ ਬਰਦਾਸ਼ਤ ਨਹੀਂ ਕਰੇਗਾ ਮੈਂ ਤਾਂ ਕਵਾਂਗਾ ਕਿ ਦੁਨੀਆ ਦਾ ਜਿਹੜਾ ਕੋਈ ਵੀ ਧਰਮ ਹੈ ਹਿੰਦੁਸਤਾਨ ਦਾ ਕੋਈ ਵੀ ਧਰਮ ਹੈ ਉਹ ਇਸ ਗੱਲ ਨੂੰ ਬਰਦਾਸ਼ਤ ਨਾ ਕਰੇ ਜੇ ਉਹਨਾਂ ਦੇ ਧਰਮ ਦੇ ਨੂੰ ਖਿਲਵਾੜ ਕਰਕੇ ਇਹ ਜਿਹੜਾ ਜਿਹੜਾ ਇੱਕ ਮਾਫੀਆ ਵਾ ਜਿਹੜਾ ਕਿ ਆਪਣੀ ਫਿਲਮ ਪ੍ਰਮੋਸ਼ਨ ਨੂੰ ਇੰਡੇ ਸਸਤੇ ਤੌਰ ਤੇ ਲੈ ਰਿਆ ਕਿਸੇ ਦੇ ਧਰਮ ਦਾ ਨਾਲ ਖਿਲਵਾੜ ਕਰਨਾ ਕੀ ਸਰਕਾਰ ਨੂੰ ਇਸ ਗੱਲ ਹੀ ਯਾਦ ਨਹੀਂ ਆ ਰਹੀ ਕਿ ਇੱਕ ਨਾਗਰਿਕ ਦਾ ਜਿਹੜਾ ਧਰਮ ਹੈ ਉਸ ਧਰਮ ਦਾ ਜਿਹੜਾ ਹਨਨ ਹੋ ਰਿਹਾ ਉਸ ਧਰਮ ਤੇ ਚੁਣੌਤੀ ਹੋ ਰਹੀ ਆ ਉਸ ਧਰਮ ਤੇ ਮਜ਼ਾਕ ਉਡਾਇਆ ਜਾ ਰਿਹਾ ਤੇ ਉਸ ਨਾਗਰਿਕ ਦੇ ਹੱਕਾਂ ਜਿਹੜਾ ਮਨੁੱਖੀ ਅਧਿਕਾਰਾਂ ਦਾ ਜਿਹੜਾ ਮਸਲਾ ਵਾ ਉਹਦੇ ਬਾਰੇ ਸਰਕਾਰ ਕੀ ਕਰ ਰਹੀ ਆ ਬਿਲਕੁਲ ਮੈਂ ਇਹ ਗੱਲ ਕਹਿ ਦਿੰਦਾ ਕਿ ਜਿੱਥੇ ਇਹ ਦੋਸ਼ੀ ਨੇ ਬਾਲੀਵੁੱਡ ਸ਼ਾਲੀਵੁੱਡ ਵਾਲੇ ਉਥੇ ਬਰਾਬਰ ਤੇ ਸਰਕਾਰ ਵੀ ਦੋਸ਼ੀ ਆ ਸਰਕਾਰ ਇਸ ਗੱਲ ਦੀ ਨੋਟਿਸ ਕਿਉਂ ਨਹੀਂ ਲੈਂਦੀ ਠੀਕ ਹੈ ਕੱਲ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਆਰ ਪੀ ਸਿੰਘ ਨੇ ਇਸ ਗੱਲ ਦੀ ਅਫਸੋਸ ਵੀ ਪ੍ਰਗਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਮਾੜੀ ਗੱਲ ਹੈ ਤੇ ਦਿਖਾਈ ਦੇ ਰਿਹਾ ਇੱਥੇ ਮੈਂ ਹੈਰਾਨੀ ਦੀ ਇਸ ਗੱਲ ਦੀ ਹੈ ਕਿ ਉਹ ਜਿਹੜਾ ਉਹਨਾਂ ਦੇ ਡਾਇਰੈਕਟਰ ਆ ਉਹ ਇੱਕ ਤਾਂ ਗਲਤੀ ਕਰ ਰਹੇ ਨੇ ਚੋਰੀ ਕਰ ਰਹੇ ਨੇ ਕੋ ਉਤੋਂ ਸੀਨਾ ਚੋਰੀ ਕਰ ਰਹੇ ਨੇ ਬੇਵਕੂਫ ਬਣਾ ਰਹੇ ਨੇ ਸ਼ਰੋਣੀ ਕਮੇਟੀ ਇਸ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਸਿੰਘ ਸਾਹਿਬ ਨੇ ਇਸ ਗੱਲ ਦੇ ਹੁਕਮ ਕਰਤੇ ਨੇ ਅਸੀਂ ਧੰਨਵਾਦ ਕਰਦੇ ਹਾਂ ਮੈਂ ਫੇਰ ਕਹਿ ਦਿੰਦਾ ਕਿ ਬੀਜੇਪੀ ਦੇ ਜਿਹੇ ਆਰ ਪੀ ਸਿੰਘ ਨੇ ਇਹ ਗੱਲ ਕੀਤੀ ਉਹਦਾ ਅਸੀਂ ਸਵਾਗਤ ਕਰਦੇ ਆ ਪਰ ਉਹ ਸਰਕਾਰ ਤੋਂ ਫੈਸਲਾ ਕਰਾਵੇ ਇੱਥੇ ਹੋਰ ਵੀ ਸੰਸਥਾਵਾਂ ਜਿਹੜੀਆਂ ਅਕਾਲੀ ਦਲ ਵੱਲੋਂ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਕੀਤਾ ਹੋਰ ਵੀ ਧਾਰਮਿਕ ਜਥੇਬੰਦੀ ਨੇ ਇਸ ਗੱਲ ਦਾ ਇੱਕ ਮੀਰ ਨੋਟਿਸ ਲਿਆ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਪਹਿਲਾਂ ਵਾਲਾ ਜਿਹੜਾ ਪਖੰਡ ਨਹੀਂ ਚੱਲੇਗਾ ਕਿ ਇੱਕ ਟਵੀਟ ਪਾ ਕੇ ਕਿ ਕਿਸੇ ਦੀ ਧਾਰਮਿਕ ਭਾਵਨਾ ਦੀ ਗੱਲ ਆਈ ਹੈ ਇਹਨਾਂ ਲੋਕਾਂ ਦੇ ਖਿਲਾਫ ਡਟ ਕੇ ਕਾਰਵਾਈ ਕਰਾਂਗੇ ਤਾਂ ਕਿ ਅਗਲੇ ਤੋਂ ਇੱਕ ਕਾ ਮਾਰ ਕੇ ਟੰਗਣਾ ਬੜਾ ਜ਼ਰੂਰੀ ਹੋ ਗਿਆ ਸਿੱਖਾਂ ਦੀ ਨਰਮੀ ਨੂੰ ਇਹ ਇਹ ਸਮਝ ਨਹੀਂ ਰਹੇ ਤੇ ਸਿੱਖਾਂ ਦੀ ਗਰਮੀ ਜਦੋਂ ਇਹਨਾਂ ਨੂੰ ਝਲਣੀ ਪਈ ਤੇ ਫਿਰ ਇਹ ਸਾਰਾ ਮੈਦਾਨ ਛੱਡ ਕੇ ਭੱਜ ਜਾਣਗੇ ਕਿਸੇ ਨੇ ਲੱਭਣਾ ਨਹੀਂ ਇੱਥੇ ਤੇ ਉਹ ਪਿਛਲਾ ਇਤਿਹਾਸ ਇਸ ਤਰ੍ਹਾਂ ਦਾ ਸਿੱਖਾਂ ਦੇ ਧਾਰਮਿਕ ਜਜ਼ਬੇ ਨਾਲ ਬਿਲਕੁਲ ਖਿਲਵਾੜ ਨਹੀਂ ਹੋਣ ਦਵਾਗੇ ਤੇ ਨਾ ਹੀ ਕਰਨਾ ਚਾਹੀਦਾ ਤੇ ਸਰਕਾਰਾਂ ਜਿਹੜੀਆਂ ਮੂੰਹ ਚੋਹਣੀਆਂ ਪਾ ਕੇ ਬੈਠੀਆਂ ਸਰਕਾਰਾਂ ਨੂੰ ਇਸ ਗੱਲ ਲਈ ਸਖਤ ਨੋਟਿਸ ਲੈਣਾ ਚਾਹੀਦਾ ਕਿਉਂਕਿ ਜਿਹੜਾ ਸੈਂਸਰ ਬੋਰਡ ਹੈ ਸੈਂਟਰ ਸਰਕਾਰ ਦੇ ਹੰਡਰ ਹੈ ਅਸੀਂ ਇੱਕ ਵਾਰ ਨਹੀਂ ਬਾਰ ਬਾਰ ਇਹ ਕਹਿ ਚੁੱਕੇ ਹਾਂ ਤੇ ਕਿਸੇ ਵੀ ਧਰਮ ਦੇ ਖਿਲਾਫ ਫਿਰ ਇਹ ਕਹਿੰਦੇ ਆ ਕਿਸੇ ਵੀ ਧਰਮ ਦੇ ਖਿਲਾਫ ਖਿਲਵਾੜ ਅੱਜ ਅਸੀਂ ਬੜਾ ਬੜਾ ਡੰਕਾ ਵਜਾ ਰਹੇ ਆਂ ਕਿ ਅਸੀਂ ਦੇਸ਼ ਦੀ ਸੰਸਕ੍ਰਿਤੀ ਦੀ ਗੱਲ ਕਰਨੀ ਆਂ ਵਿਦੇਸ਼ ਵਿੱਚ ਜਾ ਕੇ ਪ੍ਰਧਾਨ ਮੰਤਰੀ ਬੜੀ ਗੱਲ ਕਰਦੇ ਆ ਕਿ ਸਾਡੀ ਸੰਸਕ੍ਰਿਤੀ ਸਾਡੇ ਫਿਲਮ ਦੇ ਪ੍ਰੋਮੋਸ਼ਨ ਕਰਨ ਲਈ ਇੱਕ ਇਹੋ ਜਿਹਾ ਝੰਡਾ ਵਰਤਾਇਆ ਜਾਵੇ ਕਿ ਧਰਮ ਨੂੰ ਖੇਲਵਾੜ ਕੀਤਾ ਜਾਵੇ ਇਹਦਾ ਇੱਕ ਇਹਦਾ ਦੇਸ਼ ਤਾਂ ਇੱਕ ਬਹੁਤ ਧਰਮੀ ਸੰਸਕਾਰੀ ਦੇਸ਼ ਆ ਤੇ ਇਥੇ ਇਹੋ ਜਿਹਾ ਕੁਝ ਹੋ ਰਿਹਾ ਸਰਕਾਰ ਦੇ ਨੱਕਦੇ ਥੱਲੇ ਅਸੀਂ ਕਹਿੰਦੇ ਆ ਪੂਰਨ ਤੌਰ ਤੇ ਵਿਲੀ ਭੁਗਤਾਂ ਸਰਕਾਰ ਦੀ ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਇਹਨਾਂ ਦੇ ਖਿਲਾਫ ਡਟ ਕੇ ਨੱਥ ਪਾਵੇ ਦੇ ਸਿੱਖਾਂ ਦਾ ਜੇ ਜਵਾਬ ਆ ਗਿਆ ਤਾਂ ਫਿਰ ਫਿਰ ਇਹਨਾਂ ਤੋਂ ਸਾਂਭਿਆ ਨਹੀਂ ਜਾਣਾ ਇਸ ਗੱਲ ਦੇ ਨਤੀਜੇ ਕੁਝ ਹੋਰ ਹੋਣਗੇ। ਸੋ ਕਿਸੇ ਵੀ ਤਰ੍ਹਾਂ ਦੇ ਇਹਨਾਂ ਦੇ ਟਵੀਟ-ਸ਼ਵੀਟ ਜਿਹੜੇ ਆ ਉਹਨਾਂ ਦਾ ਕੋਈ ਅਸਰ ਨਹੀਂ। ਸਿੰਘ ਸਾਹਿਬ ਨੇ ਹੁਕਮ ਲਾਤਾ, ਪ੍ਰਧਾਨ ਸ਼੍ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਰਡਰ ਕਰਦੇ ਨੇ। ਇਹਨਾਂ ਦੇ ਖਿਲਾਫ ਅਸੀਂ ਡਰ ਕੇ ਕੋਈ ਕਾਰਵਾਈ ਕਰਾਂਗੇ। ਆ ਤੁਹਾਡੇ ਦੁਆਰਾ ਅਸੀਂ ਸਮੂਚੀਆਂ ਸਿੱਖ ਸੰਗਤਾਂ ਨੂੰ ਤੇ ਸਿੱਖ ਜਥੇਬੰਦੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਮਾਮਲਿਆਂ ਨੂੰ ਜਿੱਥੇ ਸਿੱਖੀ ਦੇ ਚੁਣੌਤੀ ਆਵੇ ਉਹਨਾਂ ਦੇ ਖਿਲਾਫ ਸਾਨੂੰ ਡਟ ਕੇ ਖੜਨਾ ਚਾਹੀਦਾ। ਬਹੁਤ ਸਾਰੇ ਮਾਮਲਿਆਂ ਵਿੱਚ ਪਿਛਲੇ ਦਿਨੀਂ ਜਿਵੇਂ ਹਜੂਰ ਸਾਹਿਬ ਦੇ ਪ੍ਰਬੰਧਕ ਬਾਰੇ ਚ ਹੋਰ ਕਈ ਗੱਲਾਂ ਦੇ ਬਾਰੇ ਚ ਆਪਾਂ ਬਹੁਤ ਸਾਰੇ ਐਕਸ਼ਨ ਲਏ ਆ ਤੇ ਉਸ ਤਰ੍ਹਾਂ ਅਸੀਂ ਇਕੱਠੇ ਹੋ ਕੇ ਅਸੀਂ ਇਹ ਜਿਹੜੀ ਕਾਰਵਾਈ ਕਰੀਏ ਜਿਹੜੀ ਕਿ ਬਹੁਤ ਜ਼ਰੂਰੀ ਹੈ